15.1 ਦਾ 8th ਕੁਐਸਚਨ ਹੈ। ਇਹਦੇ ਵਿੱਚ ਕੀ ਹੈ, ਇੱਕ ਬੈਗ ਹੈ ਉਹਦੇ 'ਚ 3 ਰੈੱਡ ਬੋਲਸ ਨੇ, 5 ਬਲੈਕ ਬੋਲਸ ਨੇ, 3 ਰੈੱਡ ਬੋਲਸ, 5 ਬਲੈਕ ਬੋਲਸ। ਆਪਾਂ ਨੂੰ ਪ੍ਰੋਬੇਬਿਲਿਟੀ ਪੁੱਛੀ ਹੈ ਰੈੱਡ ਬੋਲਸ ਦੀ। ਆਪਾਂ ਪਹਿਲਾਂ ਪ੍ਰੋਬੇਬਿਲਿਟੀ ਦਾ ਫਾਰਮੂਲਾ ਲਿਖਦੇ ਹਾਂ, ਨੰਬਰ ਆਫ ਫੇਵਰੇਬਲ ਆਊਟਕਮਸ ਓਵਰ ਟੋਟਲ ਨੰਬਰ ਆਫ ਆਊਟਕਮਸ। ਟੋਟਲ ਨੰਬਰ ਆਫ ਆਊਟਕਮਸ ਮਤਲਬ ਕਿੰਨੀਆਂ ਟੋਟਲ ਬੋਲਸ ਨੇ ਬੈਗ 'ਚ, ਕਿਹੜੀ ਵੀ ਪੋਸੀਬਿਲਿਟੀ ਹੋ ਸਕਦੀ ਹੈ। 5 + 3 = 8 ਤਾਂ ਟੋਟਲ 8 ਨੇ। ਨੰਬਰ ਆਫ ਫੇਵਰੇਬਲ ਆਊਟਕਮਸ ਮਤਲਬ ਕਿੰਨੀਆਂ ਰੈੱਡ ਬੋਲਸ ਹੋ ਸਕਦੀਆਂ ਨੇ ਜਿਹਦੇ ਵਿੱਚੋਂ ਆਨਸਰ ਆ ਜਾਵੇ, ਤਾਂ ਰੈੱਡ ਮਤਲਬ ਜਦੋਂ ਬੋਲ ਚੱਕਾਂਗੇ ਉਹ ਆ ਜਾਵੇ, ਤਾਂ ਰੈੱਡ ਬੋਲਸ ਕਿੰਨੀਆਂ ਸੀ, 3, ਤਾਂ 3/8। 15.1 8th ਕੁਐਸਚਨ ਦਾ ਇੱਕ ਹੋਰ ਪਾਰਟ ਹੈ ਜਿਹਦੇ 'ਚ ਆਪਾਂ ਦੱਸਣਾ ਪ੍ਰੋਬੇਬਿਲਿਟੀ ਨੋਟ ਰੈੱਡ। ਨੋਟ ਰੈੱਡ ਮਤਲਬ ਵੀ ਰੈੱਡ ਬੋਲ ਤੋਂ ਬਿਨਾਂ ਕੋਈ ਹੋਰ ਬੋਲ, ਰੈੱਡ ਬੋਲ ਤੋਂ ਬਿਨਾਂ ਕੋਈ ਹੋਰ ਬੋਲ ਕਿਹੜੀਆਂ ਨੇ, 5 ਬਲੈਕ ਬੋਲਸ, ਮਤਲਬ ਉਹਦੇ 'ਚ ਫੇਵਰੇਬਲ ਆਊਟਕਮ ਕਿੰਨੀ ਹੋਊਗੀ, 5, ਕਿਉਂਕਿ ਬਿਨਾਂ ਰੈੱਡ ਵਾਲੀਆਂ ਤਾਂ 5 ਨੇ, ਤਾਂ ਆਪਾਂ 5 ਲਿਖਾਂਗੇ। ਟੋਟਲ ਸੇਮ ਹੈ, ਟੋਟਲ 8 ਹੈ ਤਾਂ ਲਿਖ ਲਿਆ। ਈਵਨ ਆਪਾਂ ਐਵੇਂ ਵੀ ਲਿਖ ਸਕਦੇ ਸੀ ਪ੍ਰੋਬੇਬਿਲਿਟੀ ਆਫ ਰੈੱਡ ਪਲੱਸ ਪ੍ਰੋਬੇਬਿਲਿਟੀ ਨੋਟ ਰੈੱਡ ਇਜ਼ ਇਕੁਅਲ ਟੂ 1, ਉਹਦੇ ਵਿੱਚੋਂ ਕੱਟ ਲੈਂਦੇ, ਫਿਰ ਵੀ 5/8 ਆਉਣਾ ਸੀ।